ਦੀਦੀ ਕੀ ਇੱਥੋਂ ਲੱਭੀ ਜਾਣੀ ਆ? ਆ ਜਾ ਵੇ, ਕੁਛ ਘੜੀ ਨਹੀਂ, ਬਹੀਏ, ਕੁਛ ਗੱਲਾਂ ਨਹੀਂ ਬਾਤਾਂ ਕਰਨੀ, ਕਰੀਏ। ਗੱਲਾਂ ਕਰਨ ਬਾਹਰ ਬੈਠੀ ਗੱਲਾਂ ਕਰਨ ਦਊਗੀ? ਨਹੀਂ ਕੁਛ ਨੀ ਆਉਂਦੀ, ਇਹਨਾਂ ਦੇ ਡਰ ਥੱਲੇ ਥੱਲੇ ਲੱਗੀ ਜਾਂਦੇ ਆ। ਕਿਤੇ ਥੱਕ ਗਏ ਸਵੇਰ ਦੇ, ਕਿਤੇ ਆ ਵੇਲਾ ਕਿਤੇ ਕੀ ਕਰ, ਮੰਨਣਾ ਗਰਮੀ ਲੱਗਣ ਦੀ ਨੀ ਬਾਹਰ ਨਾ ਬਈਏ, ਮੰਜਾ ਡਾ ਕੇ ਬਾਹਰ ਹਵਾ ਬੜੀ ਸੋਹਣੀ ਆਉਂਦੀ। ਆ ਚੁੱਕ ਤੂੰ ਇੱਧਰ ਵੇ ਆਪਣੀ ਸੱਸ ਕੰਮ ਤੇ ਮੁੱਕਣੀ, ਵੇਲਾ ਜਿੰਨੀ ਮਰਜੀ ਸਫਾਈ ਕਰ ਲੋ ਰਹਿੰਦੀ ਕੁਛ ਨੀ, ਇੱਕ ਨੇਰ ਨੇ ਖਾ ਲਿਆ ਇੱਥੇ ਬਈਏ, ਇੱਥੇ ਦੇ ਆਸ਼ਾ ਮੈਂ ਧੁੱਪੇ ਮਰਨਾ ਵਾ, ਇੱਥੇ ਬਹਿ ਜਾਂਦੇ। ਚਲੋ ਵੀ ਨਿਆਣੇ ਪਰੇ ਹੋ ਜਾਓ, ਪਰੇ ਹੋ ਜਾਵੇ, ਤੁਸੀਂ ਵਿੱਚ ਵਿੱਚ ਫਿਰਦੇ ਰਹਿੰਦੇ ਇੱਥੇ, ਬਹਿ ਨਹੀਂ ਪਾਸੇ ਉਹ ਕਿੱਥੇ ਲੱਗ ਗੱਡੀ ਸੋਹਣੀ ਵਾ ਆਉਂਦੀ ਹਣਾ, ਕਿਤੇ ਮੀਂਹ ਮੂੰਹ ਪੈ ਗਿਆ ਵਾ ਠੰਡੀ ਆ, ਕਿਤੇ ਵੀ ਕਿੱਡਾ ਸੋਹਣਾ ਕੰਮ ਹਣ ਕੀ ਧਰ ਗਏ ਅੱਜ ਆਪਾਂ, ਹਾਂ ਹੈ ਦਾਲ ਨਹੀਂ ਧਰਨੀ ਤੇ ਨਾਲੇ ਤੇ ਉਹਦਾ ਫੋਨ ਆਇਆ ਮੈਡਮ ਆਉਂਦਾ ਹੀ ਬਾਹਰ ਲਈ, ਉਹਨੂੰ ਮੁਰਗਾ ਖਵਾਉਣਾ, ਦਾਲ ਹੀ ਉਹਨੂੰ ਖਵਾ ਦੇਣੀ, ਉੱਥੇ ਟਿੱਕੀਆਂ ਬੱਗਾਵਾਂ ਹੀ ਖਾਂਦੀ ਆ, ਸੱਸ ਦਾ ਪਤਾ ਨਹੀਂ ਜਾਂ ਸੱਸ ਦਾ ਪਤਾ ਨਹੀਂ ਆ ਮੁੜ ਕੇ ਉਹ ਆਖੂਗੀ ਕਿ ਨਾਲ ਲੈਂਦਾ ਮੇਰੀ ਧੀ ਨੂੰ ਦਵਾ ਦਾਲ ਰਿੰਨ ਕੇ ਖਵਾਤੀ, ਦਾਲ ਨਹੀਂ ਕਦੀ ਵੇਖੀ ਸੀ ਉਹਨੇ, ਖਵਾ ਲੂ ਰਿੰਨ ਕੇ ਤੇ ਆਪਾਂ ਨੂੰ ਕੀ ਲੱਗਾ, ਸਾਨੂੰ ਸ਼ਰਮ ਨਹੀਂ ਆਉਂਦੀ, ਮੇਰੀ ਧੀ ਬੜਾ ਆਉਣ ਡਈ ਆ, ਚੰਗਾ ਚੋਖਾ ਬਣਾਓ, ਉਹਦੇ ਲਈ ਰੋਟੀ ਪਾਣੀ ਤਿਆਰ ਕਰੋ, ਚੰਗਾ ਚੋਖਾ ਤੇ ਚੰਗਾ ਚੋਖਾ ਤੇ ਮੁਰਗਾ ਬਣਾਈ ਗਏ, ਹੁਣ ਜਿਹੜੀ ਸਬਜ਼ੀ ਘਰੇ ਉਹੀ ਜਿਹੜੀ ਉਹਨਾਂ ਲਿਆ ਕੇ ਦਿੱਤੀ ਉਹੀ ਧਰਨੀ ਆ, ਹੁਣ ਚੰਗੀ ਚੋਖੀ ਕਿਹੜੀ ਬਣਾਈ ਗਏ, ਸਾਡੇ ਪੇਕੇ ਚੱਲ ਨੀ ਉੱਠ ਕੰਮ ਕਰੀਏ, ਇੱਥੇ ਨੀ ਬਹਿਣ ਦੇਣਾ ਕਿਸੇ ਨੇ ਵੀ, ਮੈਨੂੰ ਮੌਤ ਹੀ ਪੈ ਜਾਂਦੀ ਆ, ਮੇਰੀ ਕੁੜੀ ਆਉਂਦੀ ਸਾਂਦੇ ਅੱਗ ਹੀ ਲੱਗ ਉੱਠਦੀ ਆ, ਨਾ ਕਿਤੇ ਚਾਹ ਨਾ ਪਾਣੀ ਕੁਛ ਵੀ ਨਾ, ਚੱਲ ਨੀ ਅੱਗ ਬਾਲ ਗਏ, ਇਹ ਤਾਂ ਬੈਠੀ ਛਾਵੇਂ ਤੇ ਕੁਛ ਨਾ ਕੁਛ ਕਹੀ ਜਾਣਾ, ਤੂੰ ਆਦੀ ਸੀ ਚੰਗਾ ਚੋਖਾ ਲੈ ਸੁਣ ਲੈ, ਤੂੰ ਤਾਂ ਛੱਡ ਪਰੇ, ਮੈਂ ਦਾਲ ਹੀ ਰਹਿਣੀ, ਮੈਂ ਦਾਲ ਹੀ ਰਹਿਣੀ, ਇਹਨਾਂ ਦਾ ਤਾਂ ਇਹੀ ਹਾਲ ਰਹਿੰਦਾ, ਇਹ ਤਾਂ ਪਾਥੀਆਂ ਲਾ ਚਾਰ ਹਾਲ, ਪਹਿਲਾਂ ਪਾਥ ਪਾਥੀਆਂ ਉੱਤੇ ਗੱਗੀ ਰੇ ਜੋੜੇ ਨਾ ਬੈਠੀ ਰਹਿੰਦੀ, ਜਦੋਂ ਸਾਡੇ ਆਉਂਦੇ ਇਹਨੇ ਕਿਤੇ ਹਿੱਲਣਾ ਨਹੀਂ, ਕਿਤੇ ਆਖੀ ਨਾ ਮੰਮੀ ਥੋਮ ਹੀ ਛਿੱਲਦੇ, ਆਪ ਕਿਤੇ ਥੋਮ ਨਹੀਂ, ਮੇਰੀ ਸੋਹਣੀ ਗੱਲ ਹੈ ਕਿ ਜੇ ਆ ਵੀ ਜਾਊਗੀ ਨਾ ਆਪਾਂ ਨਹੀਂ ਬਹੁਤਾ ਕਰਨਾ, ਤੈਨੂੰ ਮੈਂ ਸਿੱਧੀ ਗੱਲ ਦੱਸਦਾ, ਮੈਂ ਤੇ ਆਪ ਪਛਾਣ ਲੈਣਾ ਸਾਡੇ ਜੋ ਕਿ ਕੀ ਲੈ ਕੇ ਆਉਂਗੀ, ਜਿਹੜੇ ਉੱਡੇ ਦੇ ਦੇ ਉੱਤੇ ਚੜ੍ਹ ਕੇ ਵਾਸਤੇ ਲੈ ਆਉਣੀ, ਅੱਗ ਬਲ ਕੇ ਆ ਜਾ ਕੀ ਲਿਆ ਕੇ ਦੇ, ਤੇ ਵੇਖ ਲੈ ਚੌਂਕੇ ਚ ਕਿੰਨਾ ਅੰਤਰਾ ਸੇਕ ਹੀ, ਇੱਕ ਸੱਟੀ ਤਾਂ ਨਹੀਂ ਦੇਦੀ ਵੀ ਘਰੀ ਸ਼ਾਮਾਂ ਪੈ ਜਾਂਦੀਆਂ ਨਾ, ਫਿਰ ਕੀ ਹੋਣ ਲੱਗਾ, ਫੜਾ ਕੱਖ ਚਾਰ ਆ ਫੜਨੀ ਅੱਗ ਬਾਲ ਗਏ ਇੱਥੇ ਕਿਤੇ, ਨਾ ਕਦੇ ਅੰਤਰਾ ਸਿਲੰਡਰ ਹੀ ਭਰਾ ਕੇ ਦਿੰਦੇ, ਕਿੱਡਾ ਸਾਡਾ ਨਾ ਲਾਉ ਪੀਲਾ ਇਹਨਾਂ ਸਾਡਾ ਕੱਢ ਦਿੰਦੇ ਸਾਰੀ, ਹੁਣ ਮੈਂ ਦਾਲ ਹੀ ਰਹਿਣਾ ਦੇਣੀ, ਮੈਂ ਨਹੀਂ ਕੁਛ ਬਣਾਉਣਾ, ਦਾਲ ਹੀ ਰਹਿਣਾ, ਆ ਤਾਂ ਦੇਣਾ ਲਾ ਤੇ ਜਦੋਂ ਆਊਗੀ ਰੋਲ ਲੰਗਰ ਲਾ ਕੇ ਤੇ ਮੱਥੇ ਮਾਰਾਂਗੇ, ਦਾਲ ਹੀ ਰਹਿਣਾ ਤੂੰ, ਜਦੋਂ ਆਉਂਦੀ ਉਦੋਂ ਸਾਡੇ ਲਈ ਤੇ ਕੱਖ ਵੀ ਨਹੀਂ ਲੈ ਕੇ ਆਉਂਦੀ ਗੀ, ਮੇਰੀ ਸੋਹਣੀ ਗੱਲ ਡੰਗਰਾਂ ਦੇ ਪੱਠੇ ਪਾਏ ਕਿਤੇ ਆ ਕੇ ਉਹ ਵੀ ਨਾ ਦਵਾਲੇ ਹੋ ਜਾਣ, ਜਾਂ ਤੂੰ ਉਧਰ ਵੇਖ ਮੈਂ ਇਧਰ ਅੱਗ ਬਾਲਦੀ ਆ, ਤੂੰ ਜਾ ਡੰਗਰਾਂ ਨੂੰ ਪਾਲਾ, ਫਿਰ ਮੈਂ ਚਾਰ ਵੀ ਇਹ ਨਾ ਤੂੰ ਵੀ ਹੁਣ ਮੈਨੂੰ ਡੀਕੀ ਜਾਵੇ ਵੀ ਆ ਕੇ ਦਾਲ ਕਰ, ਜਾ ਜਾ ਕਰ ਚੱਲ ਕੇ ਮੈਂ ਤੂੰ ਕਿਹੜਾ ਕਰਦੀ ਤੈਨੂੰ ਪਤਾ ਵਾ, ਜਾ ਤੂੰ ਕਰ, ਕਿਤੇ ਸਿਆਪਾ ਕਿਤੇ ਮੁੱਕਦਾ ਹੀ ਨਹੀਂ, ਦੁਪਹਿਰੇ ਆਖ ਦਿੰਦੇ ਲੰਗਰ ਭਾਣਾ, ਉਹ ਅਜੇ ਦੁਪਹਿਰ ਵੇਲਾ ਖਵਾਇਆ ਹੀ, ਧੀ ਨੇ ਕਦੇ ਸਾਡੇ ਵਾਸਤੇ ਚੋਗੇ ਲਿਆਉਣੇ ਆ, ਨਹੀਂ ਬਾਲਟਾ ਦੇ ਨੀ, ਬਾਲਟਾ ਤਾਂ ਉੱਥੇ ਹੈਗਾ ਨੀ, ਦੂਜੇ ਨੇ ਪਤਾ ਨੀ ਕਿੱਥੇ ਅੱਗ ਲੱਗੀ ਆ, ਮੈਂ ਕਾਹਦੇ ਚ ਲਿਆਉਂ ਪਾਥੀਆਂ, ਮੈਨੂੰ ਲੋੜ ਪਈ, ਹਾਂ ਸਾਰਾ ਕੰਮ ਮੇਰੇ ਜੋਗੇ ਸਿਆਪਾ ਪਾ, ਟੋਕਰੀ ਫੜ ਲੈਣੀ ਸੀ ਦਿਖਾਉਣ ਹੀ ਭਰ ਗਈ ਮੈਨੂੰ ਸਾਰਾ, ਬਹਿ ਜੇ ਕਿਤੇ ਕਿਤੇ ਬੇੜਾ, ਇਹ ਵੀ ਬਥੇਰੀ ਆ, ਇਹਨੂੰ ਵੀ ਸਾੜਾ ਹੀ ਚੜਿਆ ਰਹਿੰਦਾ ਜਦੋਂ ਕੰਮ ਕਰਨਾ ਪੈ ਜਾਂਦਾ, ਮੈਂ ਤੇ ਸ਼ਹਿਰੋਂ ਆਈ ਹਾਂ, ਮੇਰੇ ਤਾਂ ਨੀ ਉੱਠਿਆ ਜਾਣ ਦਿਆ, ਇਹ ਘਰੇ ਵੀ ਬੈਠੀ ਇਹ ਵੀ ਐ ਦੁਖਦੀ ਰਹਿੰਦੀ, 24 ਘੰਟੇ ਉੱਠਣਾ ਪੈ ਜੇ ਨਾ ਇਹਨੂੰ, ਕੰਮ ਕਰਨਾ ਪੈ ਜੇ ਤੇ
ਕਿੱਥੇ ਨੀ ਪਤੀਲਾ, ਕਿੱਥੇ ਅੱਗ ਲਾ ਗਈ ਆ? ਫੜਾ ਦੇ ਤੂੰ ਤੇ ਮੇਰੀ ਭੈਣ ਆ ਫਿਰ ਹੈ, ਜੇ ਆਪਾਂ ਹੀ ਲੜ ਪਈਆਂ ਤੇ ਫਿਰ ਹਜੇ ਤੂੰ ਉਹਨੇ ਆਉਣਾ ਵਾ, ਪਤਾ ਨੀ ਕਿੱਥੇ ਸੁੱਟ ਤਾਈ, ਉਹਨੂੰ ਪੁੱਛ ਲਾ ਬੁੜਰੀ ਨੂੰ, ਉਹਨੇ ਨਾ ਕਿਤੇ ਰੱਖਤਾ ਹੋਇਆ। ਬੜਾ ਸਿੱਧਾ ਬੋਲਣਾ ਪਤੀਲੇ ਪੁੱਛਦੀ ਨੂੰ। ਹੁਣ ਜੇ ਸਬਜ਼ੀ ਧਰ ਲੱਗੀ ਤੇ ਪੱਠੇ ਨੀ ਪਾਉਣੇ, ਮੈਨੂੰ ਆਦੀ ਬਾਬੇ ਦੇ ਕਹਿੰਦੇ ਦੱਸ, ਮੈਂ ਵਿਹਲੀ ਬੈਠੀ, ਮੈਨੂੰ ਆਪ ਤੇਰਾ ਇੰਨਾ ਜ਼ੁਕਾਮ ਤੇ ਬੁਖਾਰ ਹੋਇਆ ਈ, ਕਿਤੇ ਮੇਰੇ ਕੋਲ ਉੱਠਿਆ ਨੀ ਜਾਂਦਾ, ਕਿਤੇ ਆਪ ਤੇ ਬਣਦੀ ਨੀ ਨਾ, ਫੇਰ ਆਖੀ ਦਾ ਖਸਮਾਂ ਨੂੰ ਖਾਵੇ ਕੀ ਲੜ ਕੇ ਲੈਣਾ, ਲੜਾਈ ਚ ਕਿਹੜਾ ਕੁਛ ਪਿਆ ਵਾ। ਦੱਸ ਵੀ ਉਹ ਵੀ ਆ, ਤੂੰ ਅੱਜ ਹੀ ਆਉਣਾ ਵਾ, ਕਿਤੇ ਫੇਰ ਤੇ ਠੰਡ ਰਹੀ ਆ, ਸਿਆਲ ਰਿਹਾ, ਤੂੰ ਉਦੋਂ ਆ ਜਾ, ਉਹ ਵੀ ਗਰਮੀ ਚ ਹੀ ਆਉਂਦਾ ਈ, ਕਿਤੇ ਮੈਂ ਉਹਨੂੰ ਪਤਾ ਮੈਨੂੰ ਕਿਹੜਾ ਪਕਾਉਣੀਆਂ ਪੈਣੀਆਂ, ਪਕਾ ਕੇ ਉਹਨਾਂ ਨੇ ਅੱਗੇ ਰੱਖ ਦੇਣੀਆਂ, ਤੇ ਜੇ ਆ ਕਿਤੇ ਸਾਡੇ ਵਾਲੇ ਬੰਦੇ ਈ, ਇਹਨਾਂ ਨਾ ਕਿਤੇ ਤੂੜੀ ਤੰਦ ਨਾ ਕੱਖ ਡੰਗਰਾਂ ਨੇ ਪਾਉਣਾ, ਇਹਨਾਂ ਵੀ ਸਾਡੇ ਤੇ ਟੁੱਟਿਆ ਸਾਰਾ ਕੁਛ, ਕਿੰਨਾ ਕੁ ਬੰਦਾ ਕੰਮ ਕਰੀ ਜਾਵੇ ਜੇ ਆ ਨਮੂਨਾ ਰੱਖਿਆ ਕਿਸੇ ਨਾ ਕੰਮ ਡੰਗਰ ਹੀ ਪਾੜ ਛੱਡਦਾ ਈ। ਹਾਂ ਤੁਹਾਨੂੰ ਪਾਏ ਨੀ ਚੋਰ ਦੇ ਪੱਠੇ, ਤੁਸੀਂ ਵੀ ਸਾਨੂੰ ਉਡੀਕਦੀਆਂ ਰਹਿੰਦੀਆਂ ਜੇ ਵੀ ਆਵੇ ਤੇ ਪਾਵੇ, ਤੁਹਾਨੂੰ ਵੀ ਮੇਰੇ ਹੱਥ ਦਾ ਹੀ ਲੱਗਦਾ ਸਵਾਦ ਲੱਗਦੇ ਆ, ਪਾਣੀ ਡਾਈ ਨੀ ਇਹਨਾਂ ਨੂੰ, ਪੱਠੇ ਖਾਣੀ ਪਾਣੀ ਡਾਵੀ, ਹਾਂ ਮੁਫ਼ਤ ਦੀਆਂ ਰੋਟੀਆਂ ਪਾੜ ਛੱਡਦਾ ਵਾ। ਦੇਖਾਂ ਦਾਲ ਧਰੀ ਕੇ ਨਹੀਂ ਧਰੀ ਉਹਨੇ ਮੈਡਮ ਨੇ, ਦਾਲ ਨਾ ਧਰਨ ਜਦੋਂ ਆਉਂਦੀ ਬੜੀ ਉਦੋਂ ਦਾਲ ਮੱਥੇ ਮਾਰ ਦਿੰਦਾ, ਸਬਜ਼ੀ ਕੋਈ ਨੀ ਧਰ ਦੇਣਾ, ਆ ਕੇ ਲਿਆਂਦੀਆਂ ਇੱਕ ਦਿਨ ਨੀ ਆਖੇ ਲੱਗਣੀ। ਦੀਦੀ ਮੈਂ ਪੱਠੇ ਪਾਈ, ਸਬਜ਼ੀ ਦਾਲ ਧਰ ਲਈ ਜੇ, ਪਾਣੀ ਜ਼ਿਆਦਾ ਪਾ ਕੇ ਰੂਮ ਚ ਪਾ ਕੇ ਮੱਥੇ ਮਾਰ, ਇਹਨਾਂ ਨੇ ਇਹ ਨੀ ਗਾ ਵੀ ਸੀਜ਼ਨਾਂ ਦੇ ਟਾਈਮ ਤੇ ਚੜੀ ਆਉਂਦੀ ਜਾਜੇ, ਦੁਖੀ ਕੀਤਾ ਇਹਨਾਂ ਨੇ। ਅੱਗੇ ਥੋੜੇ ਦਿਨ ਰਹਿੰਦੀ ਹੁੰਦੀ, ਜਿਹੜਾ ਐਰਕੀ ਚੱਲ ਜੂਗੀ, ਪੁੱਛਦੀ ਤਾਂ ਨਹੀਂ ਦੋਵਾਂ ਚ, ਉਹ ਮੂੰਗੀ ਮਸਰ ਦਲੀ ਕੇ ਦੂਜੀ, ਉਹ ਦਲੀ ਧਰ ਲਈ ਨੇ, ਦਲੀ ਆ ਹੁਣ ਦੂਜੀ ਨੂੰ ਤੇ ਹੋ ਜਾਣਾ ਹਨੇਰਾ, ਅਜੇ ਆਟਾ ਕੋਟਾ ਵੀ ਗੁੰਨਣਾ, ਮੈਂ ਆਟਾ ਗੁੰਨਣਾ ਤੇ ਮਿੱਠਾ ਬਣਾਉਣਾ ਕੋ ਨਾਲ, ਚਿੱਤਰ ਖਾ ਮਿੱਠਾ ਬਣਾਉਣਾ, ਚੋਸ਼ਾ ਕਰੀ ਮਾਹੋ ਜੇ ਆਖੋ ਨਾ ਬਾਅਦ ਚ, ਕੋਈ ਨਹੀਂ ਸਵੇਰੇ ਬਣਾ ਲਾਂਗੇ, ਮੈਂ ਨਾ ਕਹਿ ਦੇ ਤੇ ਮੈਂ ਤੇ ਆਪ ਥੱਕੀ ਤੋਂ ਵੀ ਬਾਬੇ ਦੇ ਵਈ, ਮੈਂ ਤੇ ਬਹੁਤ ਚੜਿਆ ਸਵੇਰੇ ਬਣਾ ਲਾਂਗੇ, ਮੈਂ ਤੇ ਬਹਾਨਾ ਲਾ ਕੇ ਤੇ ਦੋ ਦਿਨ ਪੈ ਜਾਣੇ, ਮੈਂ ਬਹਾਨਾ ਲਾ ਕੇ ਤੇ ਟੀਕੇ, ਹਾਂ ਜਾ ਨਹੀਂ ਉੱਠ ਕੇ, ਮੈਂ ਮਰ ਕੇ ਕੱਲੀ ਨਹੀਂ ਕਿਦਾਂ ਕੰਮ ਕਰਨਾ, ਮੈਂ ਤੇ ਮੇਰੀ ਤਿੰਨ ਤੇ ਤਿੰਨ ਅੱਗੇ ਦੱਸ ਦੇ, ਮੈਂ ਨਾ ਮੈਂ ਜੇ ਪਖੰਡ ਬੈਠ ਜੇ ਨੰਦੇ ਦੇ, ਮੈਂ ਤਾਂ ਆਪ ਕੱਲੀ ਫਸ ਜੂ ਬਹਾਨੇ ਤੇ, ਮੈਂ ਲਵਾਉਂਦੀ ਤੂੰ ਮੰਜੀ ਤੇ ਪੈ ਜੀ, ਤੂੰ ਆਖੀ ਤੇਰਾ ਤਾਂ ਬਹਾਨਾ ਹੈਗਾ, ਮੈਨੂੰ ਬੁਖਾਰ ਚੜਿਆ, ਤੂੰ ਰੰਮੇ ਪੈ ਜੀ ਰਾਮ ਨਾਲ, ਉਹਦੇ ਆਪੇ ਚਾਰ ਦਿਨ ਕੱਪ ਕਰਕੇ ਖਾਓ ਤੇ ਵੇਲੇ ਆਪੇ, ਇਦਾਂ ਕਰ ਲੈ, ਮੈਂ ਕੱਲੀ ਕੁਲੀ ਬਹਾਨਾ ਜਾ ਲਾ ਲਈ ਨਾ, ਮੈਂ ਤਾਂ ਗੁੰਨ ਲਾ ਗੁੰਨ ਲਾ ਥੋੜਾ ਜਿਹਾ, ਤੂੰ ਬਹਾਨਾ ਲਾ ਲਈ, ਮੈਨੂੰ ਤੈਨੂੰ ਪਤਾ ਜ਼ਰੂਰੀ ਕੰਮ ਕਰਕੇ ਮੇਰੇ ਤੋਂ ਉਹਦਾ ਕੰਮ ਨਹੀਂ ਹੋਣਾ, ਮੇਰੀ ਤਾਂ ਲੜਾਈ ਛੇਤੀ ਬਣਦੀ ਨਹੀਂ ਉਹਦੇ ਨਾਲ, ਠੀਕ ਹੈ ਦੀਦੀ। ਹਾਂ ਇੱਧਰ ਵੇਖ ਤੇ ਪੜੋਲੇ ਚ ਤੇ ਆਟਾ ਵੀ ਹੈ ਨੀ ਗਾ, ਹੁਣ ਕੀ ਬਣੂਗਾ, ਕੀ ਕਰਾਂ ਮੈਂ, ਉਹਨਾਂ ਨੂੰ ਚਕਾ ਬਾਲ ਟੱਪੜ ਜੀ ਨੂੰ ਆਪੇ ਚੁੱਕ ਕੇ ਲਿਆਉਣ ਕਿ ਆਟਾ ਨਹੀਂ ਦੇ ਚੌਲ, ਇਹਨਾਂ ਦੀ ਦਾਲ ਚੌਲ, ਦਾਲ ਚੌਲ ਖਾ ਲੂਗੀ ਕਿ ਉਹ ਡੈਂਡੀ ਆਉਂਦੇ, ਮਾਤਾ ਨੂੰ ਪੁੱਛਿਆ ਜੇ ਤੇ ਲੈ ਕੇ ਆਉਂਦੀ ਉਹਨਾਂ ਕੋਲ ਫੜ ਲਿਆਵੇ, ਅਸੀਂ ਮੇਰੇ ਤੋਂ ਨਹੀਂ ਜਾਇਆ ਜਾਂਦਾ ਕਿਸੇ ਦੇ ਘਰ, ਮੈਂ ਤੇ ਆਪ ਨਹੀਂ ਜਾਣਾ, ਮੈਂ ਮੰਗਣ ਨੂੰ ਥੋੜੀ ਰੱਖੀ, ਨਹੀਂ ਉਹਦੇ ਵਾਸਤੇ ਮਾੜਾ ਮੋਟਾ ਬੈਨ ਤੁਰੀ ਆਉਂਦੀ ਆ, ਮਾੜਾ ਮੋਟਾ ਘਰ ਦੇ ਨਹੀਂ ਆ, ਸੁੱਥਣਾ ਆਈਆਂ ਵੇ ਕਿੱਦਾਂ ਖਿਲਾ ਰਹੀਆਂ ਨੇ, ਇਹਦੀਆਂ ਆਪੇ ਪਤਾ ਲੱਗੂਗਾ, ਉਹਨੂੰ ਵੀ ਪਤਾ ਲੱਗੂ ਮੇਰੀ ਮਾਂ ਕੀ ਕਰਦੀ ਹੈ, ਤੇ ਉਦਾਂ ਦੀਆਂ ਮੇਰੀਆਂ ਭਰਜਾਈਆਂ ਟਿਕਾ ਨਹੀਂ ਦਿੰਦੀਆਂ, ਨਾਲੇ ਲੈ ਜੂਗੀ ਚੜਾ ਕੇ ਜਾਜੀ, ਮੈਂ ਆਪਣੀ ਐਰਕੀ ਆਖਿਆ ਨਾ ਆਖਣਾ ਲਵਾ ਵੀ ਜਾ ਤੇ ਲੈ ਜਾ ਨੂੰ ਨਾਲ, ਉੱਥੇ ਵੀ ਨਹੀਂ ਤੇਤੋਂ ਖੜਿਆ ਜਾਂਦਾ, ਹਾਂ ਹਾਂ।
ਸਿਆਪੇ ਖਾਣੇ ਜੇ ਆ ਇੰਨਾ ਕੁ ਬੜਾ ਮੇਰੇ ਤੋਂ ਤੇ ਆਪ ਬਹੁਤ ਸਰੀਰ ਥੱਕਿਆ ਉਹਨੇ ਵੀ ਹੁਣ ਹੀ ਆਉਣਾ ਸੀ ਕਿਉਂਕਿ ਤੀਜੇ ਕੁ ਦਿਨ ਇੰਨਾ ਪੈਸਾ ਕਮਾਉਂਦੀ ਨਹੀਂ ਪੈਸਾ ਤੀਜੇ ਇੱਕ ਦਿਨ ਟਿਕਟ ਲਾ ਕੇ ਲੋਕੀ ਤਾਂ ਦੋ ਦੋ ਸਾਲ ਨਹੀਂ ਆਉਂਦੇ ਮੈਂ ਕੱਲ ਪਰਸੋਂ ਆਖਿਆ ਮੈਂ ਦੀਦੀ ਤੁਸੀਂ ਆਉਣਾ ਨੇ ਤੇ ਮੇਰੇ ਨੇ ਨਾ ਮੇਕਅਪ ਦਾ ਸਮਾਨ ਲੈ ਗਏ ਭੈਣਾ ਵੀ ਗੱਲਾਂ ਅੱਗੋ ਸੁਣਾਈਆਂ ਇੱਥੇ ਲੰਗਰ ਵੀ ਤਾਂ ਅਸੀਂ ਪਕਾਉਣਾ ਜੇ ਮੇਕਅਪ ਸਮਾਨ ਲੈ ਵੀ ਇਹੋ ਜੀ ਤਾਂ ਹੀ ਤਾਂ ਤੈਨੂੰ ਮੈਂ ਆਖਿਆ ਵਾ ਸਾਡੇ ਲਾਗੇ ਆਉਂਦੀ ਇੰਨਾ ਸਮਾਨ ਉਹ ਭਰਜਾਈਆਂ ਦਾ ਲਿਖਦਾ ਭਰਜਾਈਆਂ ਫਿਰ ਹੱਥੀ ਚੁੱਕਦੀਆਂ ਹੈ ਇਦਾਂ ਮੱਥੇ ਵਾਲੇ ਇਹਦੇ ਛੱਤਰ ਮਾਰੇ ਸਿਰ ਤੱਕ ਮੈਂ ਤਾਂ ਅੱਗੇ ਨਾ ਯਾਰ ਕਿ ਮਾਂ ਨੂੰ ਵੀ ਨਾਲ ਹੀ ਘਲਾਉਣਾ ਬਹੁਤ ਮੈਂ ਤਾਂ ਆਪਣਾ ਲੈ ਲਿਆ ਟਿਕਟ ਕਟਾ ਕੇ ਇਹਦੀ ਵੀ ਜਾ ਕੇ 4 ਦਿਨ ਨਾਲ ਅਸੀਂ ਆਪੇ ਜਿੱਦਾਂ ਰੁਕੀ ਮਿੱਸੀ ਖਾ ਕੇ ਆਪਣਾ ਟਾਈਮ ਸਾਰਾ ਹੀ ਆ ਬੈਠਣ ਦੀ ਜਾਨ ਨਹੀਂ ਆ ਦੁਪਹਿਰੇ ਡਾਇਆ ਆ ਇੱਕ ਕੱਪ ਇਹਦੇ ਚ ਚਾਹ ਦੇ ਦਿੰਨੀ ਆ ਆਹੋ ਇਹਨੂੰ ਸੋਣ ਲਈ ਲਾ ਦੇ ਉਹ ਟੋਰ ਟੋਰ ਤੇ ਨਿਆਣਿਆਂ ਨੇ ਜਿਹੜੇ ਨਵੇਂ ਲਿਆਂਦੇ ਇਹਨੂੰ ਮੈਂ ਧੋ ਲੈਣੀ ਆ ਨਾਲੇ ਉਹ ਆਪਣੇ ਵਾਸਤੇ ਆਪਾਂ ਆਪਣੇ ਕੋਲ ਨਹੀਂ ਲਾਏ ਅੱਧੇ ਅੱਧੇ ਪੈਸੇ ਉਹ ਆਪਾਂ ਜਿੰਦਰੇ ਅੰਦਰ ਰੱਖ ਲੈਨੇ ਆ ਨਾ ਉਹ ਮੈਂ ਪਹਿਲੇ ਬੈੱਡ 'ਚ ਰੱਖ ਲਏ ਆਹੋ ਮੈਂ ਹਾਂ ਆਉਂਗੀ ਤੇ ਆਪਾਂ ਨਵੇਂ ਤੇ ਥੋੜੀ ਦੇਣੇ ਆ ਆਹੋ ਆਪੇ ਨਾਲੇ ਮੈਂ ਆਹ ਤੋਂ ਲਿਆ ਵਾ ਮੇਰੀ ਤੀਜੀ ਆਹ ਤੋਂ ਲਿਆ ਵਾ ਇੱਥੇ ਚਾਹ ਪਾ ਕੇ ਦਵਾਂਗੀ ਇੱਥੇ ਦਵਾਂ ਨਾਲੇ ਨੂੰ ਲੈਣ ਪਤਾ ਜਾਊਗਾ ਹਾਂ ਇਦਾਂ ਹੀ ਕਰਦੇ ਆ ਕਿਸੇ ਕੰਮ ਦੀ ਦਾਲ ਨੀ ਮੇਰੀ ਕੁੜੀ ਦੀ ਰਿੰਨ ਕੇ ਰੱਖੀ ਆ ਦਾਲ ਆ ਦਾਲ ਨੀ ਫੜਾਉਣੀ ਮੇਰੀ ਕੁੜੀ ਨੂੰ ਆ ਕੋ ਕਾਪਿਆ ਪਾਣੀ ਚੰਗੇ ਨੂੰ ਕਿਸੇ ਅੱਗ ਲੱਗੀ ਆ ਕਿਸੇ ਕੰਮ ਦਾ ਕੱਪ ਨੀ ਕੱਪ ਤੇ ਚੰਗੇ ਚ ਮੇਰੀ ਕੁੜੀ ਨੂੰ ਚਾਹ ਦਿਓ ਆ ਕੋ ਚਾਹ ਤੇ ਜੇ ਕੁੜੀ ਦਾ ਇੱਡਾ ਹੀ ਚਾਹ ਸੀ ਤਾਂ ਨਵੇਂ ਮੰਗਾ ਕੇ ਰੱਖ ਦੇ ਮੈਂ ਕਿੱਥੋਂ ਨਵੇਂ ਲਿਆਵਾਂ ਕੱਪ ਬੜੀਆਂ ਸਗਾਤਾਂ ਬਹੁਤ ਜ਼ਿਆਦਾ ਬੜੀਆਂ ਸਗਾਤਾਂ ਨੇ ਨਾ ਕਿਸੇ ਦੀ ਮੰਨਦੀਆਂ ਨਾ ਸੁਣਦੀਆਂ ਨੇ ਆਪਣੇ ਜਦੋਂ ਇਹਨਾਂ ਦੇ ਆਉਂਦੇ ਜਮਾਨ ਸੰਬੰਧੀਆਂ ਚੀਜ਼ਾਂ ਜਿੱਦਾਂ ਸਾਡੇ ਆਉਂਦੇ ਤਾਂ ਕੁਛ ਵੀ ਨਾ ਉਦੋਂ ਆਹ ਵੀ ਲਾਇਓ ਆਹ ਵੀ ਲਾਇਓ ਤੇ ਜਦੋਂ ਕੁੜੀ ਆਵੇ ਨਾ ਕਿਤੇ ਪਿਆਹ ਨਾ ਪਾਣੀ ਤੇ ਖੱਤੀਆਂ ਦੀਆਂ ਜ਼ਿੰਦਗੀਆਂ ਕੱਖ ਨੀ ਆਹ ਬੜੀ ਸੋਹਣੀ ਗੱਲ ਆ ਕਿੰਨਾ ਘੱਟਾ ਇੱਥੇ ਕੀ ਕਿਸੇ ਨੇ ਆਉਣਾ ਆਈ ਡੋਂਟ ਲਾਈਕ ਸੋ ਅੱਜ ਮੈਨੂੰ ਬਹੁਤ ਸੋਹਣਾ ਪੜ ਗਿਆ ਸਤਿ ਸ਼੍ਰੀ ਅਕਾਲ ਕੈਸੇ ਹੋ ਠੀਕ ਹੋ ਠੀਕ ਆ ਕੁਰਸੀ ਕਰਸੀ ਨਹੀਂ ਹੈਗੀ ਆਪਕੇ ਘਰ ਕੋਈ ਨਾ ਕੁਰਸੀ ਕਰਸੀ ਕਹਾਂ ਹੈ ਬਾਬੀਆਂ ਕਹਾਂ ਗਈਆਂ ਇੱਥੇ ਕਿੱਥੇ ਹੋਣੀਆਂ ਨੇ ਆਵਾਜ਼ ਲਗਾਓ ਨਾ ਮੇਰੇ ਲਈ ਪਾਣੀ ਪੂਣੀ ਲੈ ਕੇ ਆਓ ਕੋਈ ਜੂਸ ਚਾਸ ਲੈ ਕੇ ਆਓ ਹਿੰਦੀ ਟਾਈਮ ਮਾਰਦੀ ਹੈ ਪਾਣੀ ਪੂਣੀ ਕੋ ਜੂਸ ਚਾਸ ਲੈ ਕੇ ਆਓ ਕਰ ਪਤਾ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕਹਾਂ ਚੁੱਪ ਗਏ ਆਪ ਮੈਨੂੰ ਦੇਖ ਕੇ ਨਹੀਂ ਨਹੀਂ ਭਈ ਉਹ ਪਿੱਛੇ ਉੱਥੇ ਖੜੀਆਂ ਕੰਮ ਕਰਨ ਦਈਆਂ ਹਾਂ ਇਹ ਕਿ ਦੀਦੀ ਆ ਗਈ ਆ ਜੂਸ ਚਾਸ ਲੈ ਕੇ ਆ ਬਹੁਤ ਗਰਮੀ ਹੈ ਅਨ ਅੱਛਾ ਲੈ ਬਹੁਤ ਗਰਮੀ ਲੱਗਦੀ ਕੋ ਪੱਖਾ ਪੁੱਖਾ ਚਲਾ ਦੋ ਕੋ ਏਸੀ ਯੂਸੀ ਆਨ ਕਰ ਦੋ ਕਿਤਨੀ ਗੰਦੀ ਮੰਜੀ ਹੈ ਜਹਾਂ ਬੈਠੇ ਹੋਏ ਠੀਚ ਕੋ ਕੁਰਸੀ ਕਰਸੀ ਵੀ ਨਹੀਂ ਆਪਕੇ ਘਰ ਮੈਂ ਲੋ ਦੀ ਪਾਣੀ ਪੀ ਲੋ ਇਤਨੇ ਗੰਦੇ ਗਲਾਸ ਮੈਂ ਪਾਣੀ ਪੀਉਂਗੀ ਕਿਆ ਮੈਂ ਤੁਸੀਂ ਇੱਥੋਂ ਹੀ ਗਏ ਦੀਦੀ ਇੱਥੇ ਤਾਂ ਸੇ ਗੰਦਾ ਹੋ ਗਿਆ ਉਹ ਤਾਂ ਘਰ ਤੁਹਾਨੂੰ ਗੰਦਾ ਲੱਗਣ ਡੇ ਪਿਆ ਆ ਮੈਂ ਨਹੀਂ ਪੀਣਾ ਗੰਦਾ ਜੂਸ ਲੈ ਕੇ ਮੇਰੇ ਲਈ ਤਾਂ ਪਾਣੀ ਨਹੀਂ ਮੈਂ ਪੀਂਗੀ ਆਈ ਡੋਂਟ ਲਾਈਕ ਵਾਟਰ ਯਾਂ ਕੁਰਸੀ ਤੇ ਬੈਠੂੰਗੀ ਮੈਂ ਕਿਆ ਇਹ ਕੁਰਸੀ ਤਾਂ ਟੁੱਟੀ ਹੋਈ ਹੈ ਬੈਕ ਸਾਈਡ ਸੇ ਲੈ ਕੇ ਜਾਓ ਇਸਕੋ ਜਹਾਂ ਸੇ ਸਾਨੂੰ ਡਾਲਰ ਨਹੀਂ ਨਾ ਦੀਦੀ ਨਹੀਂ ਅਬ ਸੇ ਛੋਟੀ ਹੂੰ ਤਮੀਜ਼ ਸੇ ਬੋਲਾ ਕਰੋ
ਫਿਰ ਮੈਂ ਤੇਰਾ ਨਾਮ ਲੈ ਲਿਆ ਕਰਾਂ। ਹਾਂਜੀ ਮੇਰਾ ਨਾਮ ਗੁਰਪ੍ਰੀਤ ਹੈ। ਠੀਕ ਆ, ਆ ਲੈ ਗੁਰਪ੍ਰੀਤ, ਫਿਰ ਜੂਸ ਪੀ ਲਾ। ਹੈ ਦੀਦੀ ਬਹੁਤ ਗੰਦੀ ਸਮੈਲ ਆਤੀ ਆਪੇ ਗਲਾਸ ਮੇਂ ਅੱਛੇ ਸੇ ਸਾਫ ਮੇਰੀ ਕੋ ਸੁਣ ਗੱਲ ਇੱਥੋਂ ਹੀ ਗਈ ਆ ਜੇ ਤੈਨੂੰ ਜੂਸ ਪੀਣਾ ਹੈ ਜਿਹੜੇ ਮਨ ਪਸੰਦ ਕੱਪੜੇ ਲੈ ਆਉਂਦੀ ਤੇ ਆਪਣੇ ਵੀਰ ਤੋਂ ਪੈਸੇ ਲੈ ਲੈਂਦੀ ਮੁਸਤੇ ਤਮੀਜ਼ ਸੇ ਬਾਤ ਕਰੋ ਆ ਜਾਣਾ ਚਾਹ ਤੈਨੂੰ ਚਾਹ ਪੀਉਂਗੀ ਕਿਉਂ ਵੀ ਨਹੀਂ ਪੀਣੀ ਚਾਹ ਨਹੀਂ ਮੈਂ ਪੀਉਂਗੀ ਟੀ ਪੀਉਂਗੀ ਲੈ ਟੀ ਪੀਏਗੇ ਚਾਹ ਨਹੀਂ ਪੀਏਗੇ ਅਹੇ ਉਹ ਕੀ ਬਲਾ ਹੁੰਦੀ ਹੋ ਨਾ ਆਪਕੋ ਠੀਕ ਆ ਨਹੀਂ ਪਤਾ ਕਿਆ ਲੈ ਅਨਪੜ ਕੋ ਬਾਤ ਕਹਾਂ ਸੇ ਲੈ ਆਏ ਹੋਰ ਹੋਣਾ ਟੀ ਇਹਦੇ ਵਾਸਤੇ ਉਹ ਹੁੰਦੀ ਕੀ ਬਲਾ ਵਾ ਉਹ ਕਿਹਦੇ ਨਾਲ ਖਾਈ ਦੀ ਆ ਕੀ ਡਿਸਕਸ ਕਰ ਰਹੇ ਹੋ ਆਪਕੋ ਟੀ ਦਾ ਨਹੀਂ ਪਤਾ ਕਿਆ ਚਾਹ ਇੱਕ ਬੋਲਤੇ ਹੈ ਟੀ ਹਿੰਦੀ ਮੇ ਚਾਹ ਬੋਲਤੇ ਇੰਗਲਿਸ਼ ਮੇ ਟੀ ਬੋਲਤੇ ਓਕੇ ਤੇ ਫਿਰ ਲੈ ਟੀ ਬਣਾ ਕੇ ਲਿਓ ਓਕੇ ਹਾਂ ਜੀ ਮਿਲਕ ਬਣਾ ਕੇ ਲਿਆਣਾ ਮਿਲਕ ਮੇ ਪਾਊਡਰ ਡਾਲਣਾ ਓਕੇ ਚਾਹ ਕਾਲੀ ਚਾਹ ਨਹੀਂ ਪਸੰਦ ਮੁਝੇ ਚਿੱਟੀ ਚਾਹ ਪਸੰਦ ਹੈ ਓ ਕੀ ਕਰ ਮੈਨੇ ਹੋਰ ਇੰਗਲਿਸ਼ ਟੀ ਮਾਰੀ ਚੁੱਲ੍ਹੇ ਦੀ ਚਾਹ ਨਹੀਂ ਮੁਝੇ ਪਸੰਦ ਗੈਸ ਮੇ ਚਾਹ ਬਣਾ ਤੇ ਫਿਰ ਉਹ ਤਾਂ ਤੁਹਾਡੇ ਵੀਰ ਨੇ ਗੈਸ ਨਹੀਂ ਭਰਾ ਕੇ ਦਿੱਤਾ ਫਿਰ ਕਿਉਂ ਮੁਝੇ ਚਾਹ ਮੇਰੇ ਆਪਣੀ ਮੰਮੀ ਨੂੰ ਕਹਿ ਹਵੇ ਤੇਰੇ ਕੋਲ ਬੈਠੀ ਤੇ ਸਾਨੂੰ ਸਿਲੰਡਰ ਭਰਾ ਨਹੀਂ ਪਤਾ ਤਾਂ ਹੈਗਾ ਵੀ ਮੇਰੀ ਧੀ ਨੇ ਆਉਣਾ ਵਾ ਮੁਝੇ ਹੁਣ ਅਸੀਂ ਕੀ ਕਰੀਏ ਮੁਝੇ ਚਾਹ ਚਾਹੀਏ ਮੁਝੇ ਬਾਤਾਂ ਨਹੀਂ ਸੁਣਨੀ ਆਪਕੀ ਮੈਂ ਪਹਿਲੇ ਕਿਹਾ ਸੀ ਵੀ ਇਹ ਕਿੱਥੋਂ ਆ ਜਾਣੀ ਉਹੀ ਸਿਆਪਾ ਪੈ ਗਿਆ ਨਾ ਦੀਦੀ ਆ ਬਣਾ ਚਾਹ ਰਿੰਨ ਗਾ ਇੱਥੇ ਚੁੱਲ੍ਹੇ ਦੇ ਕੱਪ ਲਿਆ ਫੜ ਕੇ ਚਾਹ ਦੀਦੀ ਨੂੰ ਪਾ ਕੇ ਦੇ ਜਾਂ ਕੱਪ ਲਿਆ ਫੜ ਕਹਾਂ ਸੇ ਅਨਪੜ ਗਵਾਰ ਲੈ ਆਈ ਮੇਰੀ ਮੰਮਾ ਕੋ ਕੁਛ ਨਹੀਂ ਪਤਾ ਮੇਰੇ ਮੈਂ ਬਾਹਰ ਚਲੀ ਗਈ ਔਰ ਪਿੱਛੇ ਸੇ ਸ਼ਾਦੀ ਕਰਦੀ ਦੋਨਾਂ ਭਾਈਆਂ ਕੀ ਅਨਪੜ ਗਵਾਰ ਇਕੱਠੇ ਕਰ ਲਈਏ ਗਰਮੀ ਲੈਲਾ ਆਪਾਂ ਨੂੰ ਅਨਪੜ ਗਵਾਰ ਦੱਸਣ ਸੀ ਤੂੰ ਕਰ ਲੈ ਅਨਪੜ ਦੇ ਘਰ ਕਰਦੀ ਵੀ ਨਹੀਂ ਕਰਦੀ ਵੀ ਨਹੀਂ ਦੀ ਬਾਅਦ ਚ ਕੋਟ ਕੁਛ ਨਹੀਂ ਆ ਰਹੀ ਬਾਹਰ ਗਿਆ ਮੇਰੀ ਸ਼ਰਟ ਮੇ ਕੀ ਘੁਸ ਗਿਆ ਕਿਤਨੀ ਮੱਖੀ ਮੱਛਰ ਮੇ ਬੈਠੇ ਹੋਏ ਆ ਆਪ ਆਪਾਂ ਜੀ ਕਾਲਾ ਨਹੀਂ ਪੜਤਾ ਕਿਆ ਕਿਤਨੀ ਗੰਦੀ ਧੂੜ ਮਿੱਟੀ ਹੈ ਯਹਾਂ ਪੇ ਚਾਹ ਨਹੀਂ ਅਭੀ ਤੱਕ ਆਈ ਆਪਕੀ ਕਿਆ ਮੰਮੀ ਜੀ ਆਪਕੀ ਚਾਹ ਨਹੀਂ ਅਭੀ ਤੱਕ ਆਈ ਆਪਣੀ ਨੌਕ ਤੋਂ ਚਾਹ ਨਹੀਂ ਲੈ ਕੇ ਆਈ ਅਭੀ ਤੱਕ ਚਾਹ ਕਿਆ ਲੈ ਕੇ ਆਉਂਗੀ ਬਸ ਆਈ ਥੋੜੀ ਟਾਈਮ ਲੱਗ ਗਿਆ ਚੁੱਲ੍ਹੇ ਤੇ ਫਿਰ ਬਣਾਉਣੀ ਸੀ ਟਾਈਮ ਲੱਗ ਜਾਂਦਾ ਭਾਵੇਂ ਆਖੇ ਇਤਨੇ ਗੰਦੇ ਕੱਪ ਮੈਂ ਚਾਹ ਪੀਉਂਗੀ ਕਿਆ ਮੈਂ ਕੀ ਹੋਇਆ ਜੀ ਸਾਫ ਤੇ ਕੀਤਾ ਬੈਕ ਸਾਈਡ ਤੇ ਸਭ ਮਿੱਟੀ ਧੂੜ ਮਿੱਟੀ ਸਭ ਕੱਪ ਕੋਲ ਹੁੰਦੀ ਫਿਰ ਘੱਟਾ ਮਿੱਟੀ ਇੱਥੇ ਤੁਹਾਨੂੰ ਪਤਾ ਖੇਤਾਂ ਜਿੱਤੇ ਫਿਰ ਇਦਾਂ ਹੀ ਹਾਂ ਮੁਝੇ ਜੇ ਕੱਪ ਮੈਂ ਚਾਹ ਨਹੀਂ ਚਾਹੀ ਮੁਝੇ ਨਿਊ ਕੱਪ ਮੈਂ ਚਾਹ ਚਾਹੀ ਆ ਵੇਖ ਲੋ ਮੈਂ ਚਾਹ ਨਹੀਂ ਪੀਤੀ ਫਿਰ ਤਾਂ ਆਖਣਾ ਚਾਹ ਨਹੀਂ ਹੁੰਨੀ ਪੀਂਦੀ ਮੈਂ ਨਹੀਂ ਫਿਰ ਮੰਮੀ ਕੋ ਕਹਿ ਬਤਾਤੀ ਮੁਝੇ ਦਿਖ ਨਹੀਂ ਰਹਾ ਕਿਆ ਕੱਪ ਤੋਂ ਗੰਦਾ ਹੈ ਆਪਕਾ ਕਿੱਥੇ ਕਿੰਨੇ ਜਣਾ ਨੂੰ ਸਾਫ ਕਰਕੇ ਗਈ ਹੋ ਦੀਦੀ ਕਰਕੇ ਗਈ ਹੋ ਨਾ ਮੈਨੇ ਫਿਰ ਨਹੀਂ ਪੀਣੀ ਤਾਂ ਚਾਹ ਨਹੀਂ ਮੁਝੇ ਨਹੀਂ ਚਾਹੀਏ ਥੈਂਕ ਯੂ ਪੁੱਛਨੇ ਕੇ ਲਈ ਫਿਰ ਲੈਣ ਪਤਾ ਨਹੀਂ ਕੀ ਆਈ ਜੇ ਚਾਹ ਨਹੀਂ ਪੀਣੀ ਸੀ ਨਾ ਪਾਣੀ ਮਿਲਾ ਨਾ ਚਾਹ ਮਿਲੀ ਕਿਆ ਫਾਇਦਾ ਯਾ ਆਨੇ ਦਾ ਸਬਜ਼ੀ ਧਰ ਕੇ ਬੈਠੀ ਹੈ ਧੂਏ ਕੇ ਉੱਪਰ ਧੂਏ ਵਾਲੀ ਸਬਜ਼ੀ ਤਾਂ ਮੈਂ ਕਦੇ ਨਹੀਂ ਖਾਉਂਗੀ ਮੈਂ ਤਾਂ ਗੈਸ ਦੀ ਸਬਜ਼ੀ ਖਾਤੀ ਹਾਂ ਗੰਦੇ ਕੇ ਗਰਮੀ ਆ ਗਈ ਮੁਝੇ ਤਾਂ ਜਾਣਾ ਨਹੀਂ ਚਾਹੀਏ ਥਾ ਐਸੇ ਕਰਤੀ ਹੂੰ ਰੈਂਟ ਮੈਂ ਰੂਮ ਲੈ ਲੈਤੀ ਹੂੰ ਸ਼ਹਿਰ ਮੈਂ ਯਾ ਤਾਂ ਮੈਂ ਬਿਮਾਰ ਪੜ ਜਾਊਂਗੀ ਪਤਾ ਨਹੀਂ ਦੀਦੀ ਕਿੱਥੇ ਚਲੇ ਗਈ ਦੱਸ ਆ ਕੇ ਕੁਛ ਨਾ ਕੁਛ ਕਰਾ ਆ ਪਾਸਾ ਜਾਂ ਕਸਕਾ ਗਈ ਹੈ ਬਲੈਤਨ ਜੀ ਨੂੰ ਮੇਰੇ ਪਿਲੇ ਪਾ ਗਈ ਤੇ ਗੱਲਾਂ ਹੀ ਬਾਹਲੀਆਂ ਕਰਦੀ ਹੈ ਮੈਂ ਤਾਂ ਸਵੇਰੇ ਚਲੇ ਜਾਣਾ ਮੈਂ ਤਾਂ ਨਹੀਂ ਰਹਿੰਦੀ ਸਵੇਰੇ ਬਹਾਨਾ ਜਿਹਾ ਮਾਰ ਕੇ ਆਪ ਖੜੀ ਰਹੂਗੀ ਆਪ ਹੁਣ ਉਹ ਪੱਠਿਆਂ ਵੱਲੋਂ ਬਹਾਨਾ ਜਿਹਾ ਮਾਰ ਕੇ ਚਲੇ ਗਈ ਮੈਂ ਇਹਨੂੰ ਕੀ ਧਰ ਕੇ ਪਿਆਵਾਂ ਜੇ ਚਾਹ ਦਿੱਤੀ ਤੇ ਉਹ ਨਹੀਂ ਪੀਤੀ ਹੈ ਹੁਣ ਇਹਨੂੰ ਕੀ ਮੁਰਗਾ ਰਿੰਨ ਕੇ ਖਵਾਵਾਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਆ ਦਾਲ ਵੀ ਭੋਰਾ ਥੱਲੇ ਲੱਗ ਗਈ ਮਾਤਾ ਸਾਡੀ ਬੈਠੀ ਲੱਗ ਚੁੱਪ ਕਰਕੇ ਇਹਦੇ ਉਹਨੂੰ ਆਉਂਦੀ ਨਹੀਂ ਵੀ ਚਾਹ ਫੜ ਲਾ ਜੇ ਚਾਹ ਹੀ ਨਹੀਂ ਸੀ ਪੀਣੀ ਇੱਥੋਂ ਹੀ ਗਈ ਘੱਟੇ ਮਿੱਟੀ 'ਚੋਂ ਮੈਂ ਤਾਂ ਸਵੇਰੇ ਚੱਲੀ ਮੇਰੇ ਲੋਕਾਂ ਦੇ ਜੋ ਮਰਜ਼ੀ ਕਰੇ ਉਹ ਵੀ ਪਤਾ ਨਹੀਂ ਕਿੱਥੇ ਚਲੇ ਗਈ ਆ ਦੇਖਦੀ ਨਹੀਂ ਉਹ ਨਹੀਂ ਉੱਧਰ ਜਾ ਕੇ ਗੱਲਾਂ ਮਾਰਨਾ ਮੇਰੇ ਪਾਸ ਸਿਆਪਾ ਪਾ ਗਈ ਆਪੇ ਸਵੇਰ ਤੋਂ
ਖਾਣ ਚੱਲੂ ਪਤਾ ਲੱਗੂਗਾ ਕਿ ਚੰਗੇ ਸੁਭਾਅ ਦੀ ਹੈ, ਮੈਨੂੰ ਇਹਦੇ ਨਾਲ ਗੱਲਾਂ ਵੀ ਨਹੀਂ ਸਮਝ ਹੀ ਨਹੀਂ ਆਉਂਦੀ ਇਹਦੀਆਂ ਵੀ ਕਰਦੀ ਕੀ ਹੈ। ਹੁਣ ਹੋਰ ਕੁਛ ਮੰਗ ਲਿਆ ਤੇ ਮੈਂ ਭਲਾ ਹੋਰ ਕੁਛ ਲੈ ਗਿਆ।